ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਨਾ ਵਿਖੇ ਪਾਕਿਸਤਾਨ ਤੋਂ ਆਈ ਸ਼ੱਕੀ ਕਾਲ ਨੇ ਪੁਲਿਸ ਦੀ ਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ, ਜਿਸ ਨੂੰ ਵੇਖ ਕੇ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ SSP ਗੁਰਦਾਸਪੁਰ ਜਗਦੀਪ ਸਿੰਘ ਹੁੰਦਲ ਨੇ ਕਿਹਾ ਕਿ ਸਰਹੱਦੀ ਪਿੰਡ ਕਾਨਾ ਦੇ ਬਲਜਿੰਦਰ ਸਿੰਘ ਨੇ ਸੂਚਨਾ ਦਿੱਤੀ ਕਿ ਉਸ ਨੂੰ ਪਾਕਿਸਤਾਨ ਤੋਂ ਸ਼ੱਕੀ ਕਾਲ ਆਈ ਸੀ, ਜਿਸ ਵਿੱਚ ਪਾਕਿਸਤਾਨੀ ਕਹਿ ਰਹੇ ਸਨ ਕਿ ਅਸੀਂ ਕੁਝ ਸਮਾਨ ਗੱਡੀ ਵਿੱਚ ਭੇਜ ਰਹੇ ਹਾਂ, ਜਿਸ ਨੂੰ ਰਿਸੀਵ ਕਰ ਲੈਣਾ। ਪੇਸ਼ ਹੈ ਇਸ ਸੰਬੰਧੀ ਸਾਹਿਬ ਦਿਆਲ ਦੀ ਰਿਪੋਰਟ। ਸ਼ਰਮਾਵਾਂ ਪਿੰਡ ਕਾਨਾ ਥਾਣਾ ਦਰਾਂਗਲਾ, ਇਹ ਰਾਤ ਉਹਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਮੇਰੇ ਟੈਲੀਫੋਨ 'ਤੇ ਕਾਲ ਆਈ ਆ। ਉਹ ਕਾਲਾਂ ਨੂੰ ਦੋ ਕਾਲਾਂ ਆਈਆਂ ਨੂੰ ਅਤੇ ਉਹਨਾਂ ਦੋਵਾਂ ਕਾਲਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ, ਜਿਹਦੇ 'ਤੇ ਕਿ ਉਹਨੂੰ ਇਨਫੋਰਮੇਸ਼ਨ ਉਹਨਾਂ ਨੇ ਦੂਜੀ ਪਾਰਟੀ ਨੇ ਫਰੋਮ ਉਹਦੇ ਕਹਿਣ ਮੁਤਾਬਕ ਕਿ ਪਾਕਿਸਤਾਨ ਤੋਂ ਬੰਦਾ ਕੋਈ ਬੋਲ ਰਿਹਾ ਸੀ, ਜਿਹਨੇ ਕਿਹਾ ਕਿ ਕੋਈ ਸਕੋਰਪੀਓ ਗੱਡੀ ਆ ਕਾਲੇ ਰੰਗ ਦੀ, ਉਹ 'ਚ 4-5 ਬੰਦੇ ਨੇ ਅਤੇ ਉਹ ਬੰਦਿਆਂ ਨੂੰ ਤੁਸੀਂ ਰਿਸੀਵ ਕਰ ਲਓ। ਹਾਂਜੀ, ਕਾਲ ਜ਼ਰੂਰ ਆਈ ਹੈ ਜੀ। ਇਹ ਇੱਕ ਬਲਜਿੰਦਰ ਸ਼ਰਮਾ ਸਨ ਆਫ ਦੌਲਤ ਰਾਮ, ਇਹਨੇ ਬੰਦੇ ਨੇ ਜਿਹੜਾ ਸੀਗਾ ਬਲਜਿੰਦਰ ਸਿੰਘ, ਇਹਨੇ ਉਹਨੂੰ ਮਤਲਬ ਇਸ ਗੱਲ ਦਾ ਇਤਰਾਜ਼ ਵੀ ਕੀਤਾ ਵੀ ਤੂੰ ਮੇਰੇ ਫੋਨ 'ਤੇ ਕਿਉਂ ਕਾਲ ਕਰ ਰਿਹਾ। ਇਹਨੇ ਉਹਨਾਂ ਉਹਦੇ ਨਾਲ ਥੋੜ੍ਹਾ ਜਿਹਾ ਗਾਲਮੰਦਾ ਵੀ ਕੀਤਾ ਅਤੇ ਫਿਰ ਇਹਨੇ ਤੁਰੰਤ ਲੈ ਕੇ ਪਾ ਦਿੱਤੀ। ਥਾਣੇ ਦੇ SHO ਸਾਹਿਬ ਜਿਹੜੇ ਨੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਅਤੇ ਫਿਰ ਇਮੀਡੀਏਟਲੀ ਕੋਈ ਸਮਾਂ ਨਾ ਗਵਾਉਂਦੇ ਹੋਏ ਅਸੀਂ ਆਪਣਾ ਜਿਹੜਾ ਜ਼ਿਲ੍ਹਾ ਅਲਰਟ ਕਰਤਾ ਜੀ। ਆਲਰੇਡੀ ਸਾਡਾ ਜ਼ਿਲ੍ਹਾ ਅਲਰਟ ਰਹਿੰਦਾ ਵਾ, ਪਰ ਅਡੀਸ਼ਨਲ ਫੋਰਸਿਸ ਜਿਹੜੀਆਂ ਨੇ ਸਾਡੀਆਂ ਉਹ ਵੀ ਮੋਬਲਾਈਜ਼ ਹੋ ਗਈਆਂ। ਇਸੇ ਤਰ੍ਹਾਂ ਹੀ ਮੈਂ ਜਿਹੜਾ ਸਾਡਾ ਨੇਬਰਿੰਗ ਡਿਸਟ੍ਰਿਕਟ ਹੈ ਪਠਾਨਕੋਟ ਐਂਡ ਬਟਾਲਾ ਪੁਲਿਸ ਡਿਸਟ੍ਰਿਕਟ, ਉਹਨਾਂ ਦੇ ਕੰਟਰੋਲ ਰੂਮ 'ਤੇ ਵੀ ਦੱਸਤਾ ਅਤੇ ਰਾਤ ਪੂਰੀ ਮੁਸਤੈਦੀ ਨਾਲ ਸਾਰਾ ਜਿਹੜਾ ਤਿੰਨਾਂ ਜ਼ਿਲ੍ਹਿਆਂ ਦੀ ਫੋਰਸ ਆ ਉਹ ਇਸ ਕੰਮ 'ਤੇ ਲੱਗੀ ਰਹੀ। ਪਰ ਜਿੰਨੀਆਂ ਵੀ ਸ਼ੱਕੀ ਗੱਡੀਆਂ ਚੈੱਕ ਕੀਤੀਆਂ ਗਈਆਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਡੀ ਨਹੀਂ ਮਿਲੀ। ਜੋ ਇਨਫੋਰਮੇਸ਼ਨ ਆਈ ਸੀ ਬੜੀ ਬਰੀਕੀ ਨਾਲ ਗੱਡੀਆਂ ਚੈੱਕ ਕੀਤੀਆਂ ਗਈਆਂ। ਹਾਂਜੀ ਬਿਲਕੁਲ ਜੀ, ਅਸੀਂ ਕੋਈ ਵੀ ਕਿਸੇ ਵੀ ਕਿਸਮ ਦੀ ਛੋਟੀ ਮੋਟੀ ਵੀ ਗੱਲ ਸਾਡੇ ਨੋਟਿਸ 'ਚ ਆਉਂਦੀ ਹੈ ਅਤੇ ਅਸੀਂ ਉਹਨੂੰ ਲਾਈਟਲੀ ਨਹੀਂ ਲੈਂਦੇ, ਕਿਉਂਕਿ ਲੈਣ ਵਾਲੀ ਕੋਈ ਲਾਈਟਲੀ ਲੈਣ ਵਾਲੀ ਕੋਈ ਗੱਲ ਹੈ ਨਹੀਂ ਇਹਦੇ ਵਿੱਚ।